ਸੁੱਖਾ ਜੀ, ਪਿੰਦਰ ਜੀ, ਉਧਰ ਜਗਤਾਰ ਸੰਜੂ ਭਗਤ ਜੀ, ਜਿੰਨੀ ਵੀ ਸਮੁੱਚੀ ਟੀਮ ਪੁੱਜੀ ਆ ਉਹਨਾਂ ਵੱਲੋਂ ਵੀ ਬਾਬਾ ਜੀ 100 ਰੁਪਏ ਦੇ ਵੱਡੇ ਮਾਨ ਸਨਮਾਨ ਪੁੱਜਦੇ ਕਰਦੇ ਆ। ਬਹੁਤ ਬਹੁਤ ਧੰਨਵਾਦ ਹੈ ਹਿਤੇਸ਼ ਆ ਪਹਿਲਵਾਨਾਂ ਮੈਦਾਨ ਦੇ ਵਿੱਚ। ਕਿ ਰੰਗਲੇ ਪੰਜਾਬ ਨੂੰ ਲੱਗੀ ਬੁਰੀ ਹੈ ਨਜ਼ਰ, ਕੋਈ ਨੀ ਸਿਆਣਿਆਂ ਦੀ ਕੜ ਦਾ ਕਦਰ। ਹਿਤੇਸ਼ ਆ ਪਹਿਲਵਾਨਾਂ ਜਲਦੀ। ਧਰਮਿੰਦਰ ਕਿੱਧਰ ਗਿਆ? ਧਰਮਿੰਦਰ ਬਈ ਪੈਸੇ ਲੈ ਜਾਓ ਆਪਣੇ। ਹਿਤੇਸ਼ ਪਹਿਲਵਾਨ ਜੀ ਆਓ ਦੁੜ ਕੇ। ਜੇ ਵੀ ਸੇਖੋਂ ਕੋਰੀਆ ਤੇ ਸੋਨੂ ਜੀ ਉਹਨਾਂ ਵੱਲੋਂ 1000। ਬਈ ਗੌਰਵ ਤੇ ਕਮਲ ਜੀ ਦੇਵੀ ਪਹਿਲਵਾਨ ਤਿਆਰ ਹੋ ਕੇ ਆ ਜਾਓ, ਕਹਿੰਦੇ ਬਾਅਦ ਤੋਂ ਸਨਮਾਨ ਕਰਨਾ। ਫਿਰ ਪਹਿਲਵਾਨ ਧਿਆਨ ਦਿਓ, ਗੌਰਵ ਤੇ ਕਮਲਜੀਤ ਇਹ ਵੀ ਮੱਲ ਜਲਦੀ ਨਾਲ ਤਿਆਰ ਹੋ ਕੇ ਅਖਾੜੇ ਦੇ ਵਿੱਚ ਆਓ, ਇਹ ਨੋਟ ਕਰਿਓ। ਬਹੁਤ ਬਹੁਤ ਧੰਨਵਾਦ। ਲੋ ਜੀ, ਸ਼ੁਰੂ ਹੋਣ ਚੱਲੀ ਹੈ ਜਿਹੜੀ ਕੁਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋਣ ਲੱਗੀ ਹੈ। ਇਹਦੇ ਲਈ ਜਿਹੜਾ ਜੇਤੂ ਹੈਗਾ ਜਿਹੜੀ ਸੇਖੀ ਸੇਖੋਂ ਕੋਰੀਆ ਉਹਨਾਂ ਵੱਲੋਂ 1000 ਦਾ ਇਨਾਮ ਹੋਏਗਾ ਬਈ ਕੋਈ ਵੀ ਜਿੱਤ ਜਾਵੇ। ਕੁਲਵੀਰ ਜੀ 5 ਮਿੰਟ ਦੇ ਦਿਓ। ਬਾਬਾ ਜੀ ਵੱਲੋਂ ਸਾਨੂੰ ਇੱਕ ਬੇਨਤੀ ਆ ਵੀ ਅਸੀਂ ਸਾਰੇ ਨਾਂ ਜਿਨ੍ਹਾਂ ਨੇ ਸਾਨੂੰ ਸਨਮਾਨ ਦਿੱਤਾ ਨਾ ਉਹਨਾਂ ਦੇ ਨਾਂ ਬੋਲਣੇ। ਬਾਈ ਇੱਕ ਕੁਸ਼ਤੀ ਸ਼ੁਰੂ ਕਰਾ ਦਿਓ ਜੀ, ਮੈਂ ਤੁਹਾਡੇ ਹਵਾਲੇ ਆ ਕਰਾ ਦਿਓ। ਤੇ ਇਹ ਜਿਹੜੀ ਕੁਸ਼ਤੀ ਸ਼ੁਰੂ ਹੋਣ ਲੱਗੀ ਹੈ, ਹਿਤੇਸ਼ ਕਾਲਾ ਬਹਾਦਰਗੜ ਇਹ ਨੌਜਵਾਨ ਕਹਿ ਲਓ ਵੀ ਵੱਡਾ ਮੱਲ, ਕਈ ਵਾਰ ਭਾਰਤ ਕੇਸਰੀ ਬਣਿਆ ਤਕਰੀਬਨ 17-18 ਵਾਰ। ਜਿਹੜੀ ਮਿੱਟੀ ਦੀ ਕੁਸ਼ਤੀ ਮੈਟ ਦੇ ਰੂਲਾਂ ਦੇ ਹਿਸਾਬ ਨਾਲ ਦੰਗਲ ਹੁੰਦੇ ਆ ਹਰਿਆਣੇ ਦੇ ਵਿੱਚ, ਤੇ ਨਾਲ ਸੋਨੂ ਚੀਮਾ ਸੋਨੂ ਬਹਾਦਰਗੜ ਕਰਦੀ ਇਹ ਕੁਸ਼ਤੀ ਤੇ, ਜਿੱਥੇ 5-5 ਸੌ ਰੁਪਇਆ 1000 ਰੁਪਇਆ ਲੱਗਿਆ ਹੋਇਆ ਹੈ। ਜੇ ਵੀ ਸੇਖੋਂ ਵੱਲੋਂ 1000 ਰੁਪਇਆ 1100, ਜਗਤਾਰ ਸਿੰਘ ਜੀ ਨੰਬਰਦਾਰ 1100 ਰੁਪਇਆ, ਪ੍ਰੇਮ ਸਿੰਘ ਜੀ ਨੰਬਰਦਾਰ 1100 ਰੁਪਇਆ, 1100 ਰੁਪਇਆ ਸੋਨੂ ਇਬਰਾਹਿਮ ਪਰ USA ਉਹਦੇ ਵੱਲੋਂ ਲੱਗ ਗਿਆ। 11 3 33 ਤੇ 10 43 100 ਰੁਪਇਆ, 500 ਰੁਪਇਆ ਸਰਦਾਰ ਸੁਖਵਿੰਦਰ ਸਿੰਘ ਜੀ ਕਾਕਾ ਢਿੱਲੋਂ ਉਹਨਾਂ ਵੱਲੋਂ ਲੱਗ ਗਿਆ। ਰੁਪਇਆ ਹੋ ਗਿਆ ਕਹਿ ਲਓ ਵੀ 43 ਤੇ 5 48 ਸੌ ਰੁਪਇਆ ਹੋ ਗਿਆ, ਇਹ ਨੋਟ ਕਰਿਓ। ਹਾਂਜੀ ਕੈਰੀ ਓਨ ਜੀ, ਭਾਜੀ ਲਓ ਜੀ ਮੈਦਾਨ ਦੇ ਵਿੱਚ। ਅੱਛਾ ਨਾ ਜਿਹੜੇ ਅਨਾਊਂਸ ਕਰ ਰਹੇ ਕੀ ਚੱਕਰ ਹੈ ਹੁਣ ਉਸਦੇ ਤੋਂ? ਠੀਕ ਹੈ ਠੀਕ ਹੈ ਬਈ ਅਗਲੀ। ਬਾਬਾ ਦੀਪਾ ਜੀ ਹੋਰਾਂ ਦਾ ਬਈ ਸ਼ਗੇਰ ਦਾ ਕਹਿੰਦੇ ਸੋਨੂ ਚੀਮੇ ਵਾਲਾ ਨਾਲ ਹਿਤੇਸ਼ ਕਾਲਾ ਬਹਾਦਰਗੜੀਆ ਮੈਦਾਨ ਦੇ ਵਿੱਚ ਕੁਸ਼ਤੀ ਸ਼ੁਰੂ ਹੋ ਗਈ ਹੈ ਬਈ। ਦੇਖਾਂਗੇ ਵੀ ਕਿਹੜਾ ਜਿੱਤਦਾ ਕਿਹੜਾ ਹਾਰਦਾ, ਬਾਤਾਂ ਸਮੇਂ ਦੀਆਂ ਹੋਣਗੀਆਂ। 1000 ਰੁਪਏ ਦਾ ਇਨਾਮ ਹੋਏਗਾ ਜੇ ਵੀ ਸੇਖੋਂ ਕੋਰੀਆ ਵੱਲੋਂ ਸਾਡੇ ਕੁਲਵੀਰ ਭਾਜੀ ਦੇ ਕੋਲ ਪੁੱਜਦਾ ਹੋ ਗਿਆ, ਜਿਹੜਾ ਵੀ ਪਹਿਲਵਾਨ ਕੁਸ਼ਤੀ ਜਿੱਤੇਗਾ। ਬਾਤ ਸਮੇਂ ਦੀ ਹੋਏਗੀ ਕਿ ਤਾਕਤ ਵੀ ਹੈ ਫਕਰ ਵੀ ਹੈ ਆਪਣੀ ਮਿਹਨਤ ਪਰ, ਮਗਰ ਮੈਦਾਨੇ ਜੰਗ ਮੇ ਕੁਛ ਮੁਕੱਦਰ ਕੀ ਵੀ ਬਾਤ ਹੋਤੀ ਹੈ, ਕਿਉਂਕਿ ਮੁਕੱਦਰਾਂ ਦੇ ਨਾਲ ਵੀ ਲੜਨਾ ਪੈਂਦਾ ਹੈ। ਕਈ ਵਾਰ ਬੰਦਾ ਜਿੱਤੀ ਹੋਈ ਬਾਜੀ ਹਾਰ ਜਾਂਦਾ, ਉਹਦਿਆਂ ਰੰਗਾਂ ਨੂੰ ਉਹੀਓ ਜਾਣਦਾ ਕਿ ਕੀ ਨੇ ਦੁਨੀਆਂ ਦੇ ਮੰਜ਼ਰ, ਖਾਲੀ ਹੱਥੀਂ ਗਿਆ ਸਿਕੰਦਰ, ਜੱਗ ਨੂੰ ਜਿੱਤਣ ਵਾਲਿਆਂ ਨੂੰ ਪਈ ਅੰਤ ਹਾਰਨੀ ਬਾਜੀ, ਉਹਦਿਆਂ ਰੰਗਾਂ ਨੂੰ ਉਹੀਓ ਜਾਣੇ, ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ, ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ। ਮੈਦਾਨ ਦੇ ਵਿੱਚ ਬਈ ਕੁਸ਼ਤੀ ਬੜੀ ਪਿਆਰੀ ਕਿ ਸੋਹਣੀ ਖੇਡ ਦੇ ਮਾਲਕ ਖੇਡ ਜਦ ਚੰਗੀ ਵਿਖਾਉਂਦੇ ਨੇ, ਸੈਂਕੜੋ ਨਹੀਂ ਹਜ਼ਾਰਾਂ ਦਿਲਾਂ ਵਿੱਚ ਡੇਰੇ ਲਾਉਂਦੇ ਨੇ ਕਿ ਜਿਸ ਮੈਦਾਨ ਵਿੱਚ ਖੇਡਣ। ਬਈ ਕੇਸਰ ਭਾਜੀ ਟੈਂਟ ਵਾਲੇ, ਅੱਛਾ ਬਈ ਕੇਸਰ ਭਾਜੀ ਟੈਂਟ ਵਾਲੇ ਆਪਣੀ ਲੇਬਰ ਦੇ ਨਾਲ ਸੰਪਰਕ ਕਰਿਓ। ਇੱਧਰ ਮੈਦਾਨ ਦੇ ਵਿੱਚ ਕੁਸ਼ਤੀ ਬਈ ਸੋਨੂ ਚੀਮਾ ਨਾਲ ਹਿਤੇਸ਼ ਕਾਲਾ ਬਹਾਦਰਗੜੀਆ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਦੀਪਾ ਬਾਬਾ ਜੀ ਗੱਦੀ ਨਸ਼ੀਨ ਡੇਰਾ ਬਾਬਾ ਫਲਾਈ, ਜਿਹਨਾਂ ਵੱਲੋਂ ਇਸ ਨਿਮਾਣੇ ਜੀ ਨੂੰ ਵੀ ਮਾਣ ਬਖਸ਼ਿਆ, ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਬਾਬਾ ਜੀ। ਵਾਹ ਜੀ ਵਾਹ। ਲਓ ਜੀ ਉੱਧਰ ਸੋਨੂ ਪਹਿਲਵਾਨ ਸ੍ਰੀ ਚੀਮਾ ਸਾਹਿਬ, ਹਿਤੇਸ਼ ਕਾਲਾ ਪਹਿਲਵਾਨ ਬਹਾਦਰਗੜ, ਦੋਨਾਂ ਪਹਿਲਵਾਨਾਂ ਦੀ ਕੁਸ਼ਤੀ ਸ਼ੁਰੂ ਹੋ ਗਈ ਹੈ। ਇੱਕ ਵਾਰ ਦੋਨਾਂ ਰੁਸਤਮ ਪਹਿਲਵਾਨਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਕੇ ਨਾ ਪਹਿਲਵਾਨਾਂ ਦੀ ਹੌਸਲਾ ਵਧਾਈ ਕਰੋ ਜੀ। ਤਾਕਤਵਰ ਦੀਆਂ ਖੇਡਾਂ ਦੋਵੇਂ ਕਬੱਡੀ ਤੇ ਪਹਿਲਵਾਨੀ, ਪਹਿਲਾਂ ਮਾਰ ਗੁਰਾ ਤੋਂ ਖਾਣੀ, ਕੰਮ ਨਹੀਂ ਕੋਈ ਆਸਾਨੀ, ਥੱਪ ਮਾਰ ਕੇ ਜਾਣ ਖਾੜੇ ਵਿੱਚ, ਕਰਜ਼ ਪਵੇ ਸਮਾਨੀ, ਨਾਲ ਜੋਸ਼ ਦੇ ਡੌਲੇ ਫਰਕਣ,
अंग अंग करे सैतानियों जितनी सौखी नी ते पलवानी जित की नी कबड्डी ते पलवानी। अगली गल साडे साथी कमेटी मैदान दे विच बई जोर परखे जा रहे हैं, जान परखी जा रही है कि जदों मूहरियों बगाना पुत सिंह भोर दा पता लगदा मैदान विच फेर जोरदा उंज तां हर एक बंदे नूं अपने आप ते माण हुंदा बई, पर जद मैदानां दे विच पेचे पैंदे आ तां पता लगदा है कि पट वेख के मां नूं पुत कहिंदा, मां लोकी मैनूं पहलवान कहिंदे, पता लगदा विच मैदानां दे जदों जफ्फे बेगानिया नाल पैंदे, जदों जफ्फे बेगानिया नाल पैंदे फिर लगदा पता बई खाधियां खुराकां दा लाइयां मेहनतां दा। कि गुरबिन ज्ञान कदी ना होवे भावे लख किताबां फुल, चरनी डिग मनसूर गुरते रब है तेरे कोल, जे सौ चंदा उगवै सूरज चढ़े हजार, एते चानण हुंदे आ गुरबिन घोरंदार। कुंभे बद्दा जल रहे जल बिन कुंभ ना होए, ज्ञान का बद्दा मन रहे गुरबिन ज्ञान ना होए। गुरु तो बिना ते ज्ञान नहीं हुंदा, ते कुश्ती दे गुरु पहुंचे ने ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪੰਮਾ ਹਰਿਓਂ ਵੱਲੋਂ ਵੀ ਵੀ ਜੇਤੂ ਪਹਿਲਵਾਨ ਦੇ ਲਈ 1000 ਰੁਪਏ ਦਾ ਇਨਾਮ ਹੋਏਗਾ। ਵਾਹ, 1000 ਜੇ ਵੀ ਸਿੱਖੋ ਕੋਰੀਆ, 1000 ਪੰਮਾ ਹਰਿਓਂ। ਧਰਮਿੰਦਰ ਪਹਿਲਵਾਨ ਜੀ ਜੱਸੋਵਾਲ ਅਖਾੜਾ ਆਲਮਗੀਰ ਵੀ ਪਹੁੰਚੇ ਹੋਏ ਨੇ। ਚਲੋ ਜੀ 200 ਰੁਪਇਆ ਹੋਰ ਗੁਪਤ ਦਾਨ ਆਇਆ ਵੀ ਜਿਹੜਾ ਵੀ ਪਹਿਲਵਾਨ ਜੇਤੂ ਹੋਏਗਾ, ਆਪਾਂ ਜਿਹੜਾ ਵੀ ਪਹਿਲਵਾਨ ਕੁਸ਼ਤੀ ਜਿੱਤੇਗਾ ਉਹਦੇ ਲਈ ਵੀ 200 ਹੋਰ ਆ ਗਿਆ। ਠੀਕ ਹੈ ਜੀ, ਸਿੱਖੋ ਸਾਹਿਬ ਤੁਸੀਂ ਦੇ ਦਿਓ ਬੰਦੋ। ਹਾਂ ਲਾਓ ਜੀ ਨਾਮ ਇਹਨਾਂ ਕੁਸ਼ਤੀਆਂ ਦੇ ਉੱਤੇ। ਵਾਹ ਜੀ ਵਾਹ, ਆਪਣੀ ਨੇਕ ਮਾਈ ਸਪਲੀ ਕਰੋ। 2200 ਰੁਪਏ ਇਨਾਮ ਹੋ ਗਿਆ ਵੀ ਜੇਤੂ ਪਹਿਲਵਾਨ ਦੇ ਲਈ। ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਸਮਾਂ ਹੌਲੀ ਹੌਲੀ ਖਿਸਕਦਾ ਹੋਇਆ ਕਿ ਰੰਗ ਬਿਰੰਗੀਆਂ ਪੱਗਾਂ ਸਰਦਾਰੀ ਕੋਲ ਪੰਜਾਬੀਆਂ ਦੇ ਵਿੱਚ ਹਵਾਵਾਂ ਗੂੰਜਣ, ਮਿੱਠੜੇ ਬੋਲ ਪੰਜਾਬੀਆਂ ਦੇ ਕਿ ਕਿਤੇ ਪੈਣ ਕਬੱਡੀਆਂ, ਕਿਤੇ ਘੋਲ ਪੰਜਾਬੀਆਂ ਦੇ। ਵਾਹ ਜੀ ਵਾਹ, ਬਹੁਤ ਵਧੀਆ ਕੁਸ਼ਤੀ, ਬਹੁਤ ਵਧੀਆ ਮਾਹੌਲ। ਉਧਰ ਗੌਰ ਪਹਿਲਵਾਨ ਬਾਬਾ ਭਗਤੀ ਨਾਥ ਕੁਸ਼ਤੀ ਅਖਾੜਾ ਮਾਛੀਵਾੜਾ ਰਾਜਾ ਜੀ, 2008 ਦਾ ਹਿੰਦ ਕੇਸਰੀ ਪਹਿਲਵਾਨ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਇਸ ਪਹਿਲਵਾਨ ਨੇ ਹਿੰਦ ਦਾ ਖਿਤਾਬ ਜਿੱਤੇ ਬਈ। ਜਿੱਥੇ 1000 ਰੁਪਇਆ ਜੇ ਵੀ ਸੇਖੋ ਜੀ ਕੋਰੀਆ, ਪੰਮਾ ਹਰਿਓਂ 1000 ਹੈ, 1100 ਜਗਤਾਰ ਸਿੰਘ ਜੀ ਲੰਬੜਦਾਰ ਜੀ, 1100 ਰੁਪਇਆ ਪ੍ਰੇਮ ਸਿੰਘ ਲੰਬੜਦਾਰ ਜੀ ਉਹਨਾਂ ਵੱਲੋਂ, 4200 ਹੋ ਗਿਆ, 200 ਗੁਪਤ ਦਾਨ ਹੈ, 4400 ਰੁਪਇਆ ਹੋ ਗਿਆ ਵੀ ਟੋਟਲ। ਜਿਹੜਾ ਪਹਿਲਵਾਨ ਕੁਸ਼ਤੀ ਜਿੱਤੇਗਾ, ਬਾਤਾਂ ਸਮੇਂ ਦੀਆਂ ਹੋਣਗੀਆਂ, ਦੇਖਾਂਗੇ ਵੀ ਕਿਹੜਾ ਜਿੱਤਦਾ ਕਿਹੜਾ ਹਾਰਦਾ। ਕਿ ਬੋਲ ਫਕੀਰਾ ਅੱਲਾ ਹੀ ਅੱਲਾ, ਬੋਲ ਫਕੀਰਾ ਅੱਲਾ ਹੀ ਅੱਲਾ, ਜਿੱਤਣ ਵਾਲੀ ਸਾਰੀ ਦੁਨੀਆ, ਹਾਰਨ ਵਾਲਾ ਇਕੱਲਾ, ਬੋਲ ਫਕੀਰਾ ਅੱਲਾ ਹੀ ਅੱਲਾ। ਜਿੱਤਾਂ ਹਾਰਾਂ ਬਈ ਉਸ ਵਾਹਿਗੁਰੂ ਦੇ ਹੱਥ ਦੀ ਗੱਲ ਹੈ। ਕਿ ਖਾਧੀਆਂ ਖੁਰਾਕਾਂ ਦਾ ਉਦੋਂ ਪਤਾ ਲੱਗਦਾ ਜਦੋਂ ਅਗਲਾ ਹਿੱਕ ਵਿੱਚ ਵੱਜਦਾ, ਜਿਵੇਂ ਤਲਵਾਰ ਨੂੰ ਰੋਕਣ ਲਈ ਢਾਲ ਚਾਹੀਦੀ, ਸ਼ੌਂਕ ਨੂੰ ਜੇ ਖੇਡਣਾ ਤਾਂ ਖੇਡਾਂ ਬੜੀਆਂ, ਮਿੱਤਰੋ ਕੁਸ਼ਤੀ ਲਈ ਜਾਨ ਚਾਹੀਦੀ, ਮਿੱਤਰੋ ਕੁਸ਼ਤੀ ਲਈ ਜਾਨ ਚਾਹੀਦੀ, ਖੇਡ ਖੇਡ ਕੁਸ਼ਤੀ ਲੱਗਦਾ ਹੋਇਆ ਜ਼ੋਰ ਮੈਦਾਨ ਦੇ ਵਿੱਚ ਬਈ। ਬਾਤਾਂ ਸਮੇਂ ਦੀਆਂ ਹੋਣਗੀਆਂ, ਦੇਖਦਿਆਂ ਵੀ ਕਿਹੜਾ ਜਿੱਤਦਾ ਕਿਹੜਾ ਹਾਰਦਾ। 4200 ਰੁਪਇਆ ਬਈ ਜੇਤੂ ਪਹਿਲਵਾਨ ਦੇ ਲਈ, ਝੰਡੀ ਤੋਂ ਇਲਾਵਾ ਇਨਾਮ ਲੱਗਿਆ, ਦੇਖਾਂਗੇ ਕਿਹੜਾ ਜਿੱਤੂ ਕਿਹੜਾ ਹਰੂ। ਬਾਤ ਸਮੇਂ ਦੀ ਹੋਏਗੀ ਕਿ ਕਰੂ ਉਹ ਕੀ ਪਿੰਡ ਤਰੱਕੀਆਂ ਨੂੰ, ਜਿਹੜੇ ਪਿੰਡ ਵਿੱਚ ਸਾਧ ਤੇ ਸਾਨ ਹੈ ਨੀ, ਉਹ ਦੇਸ਼ ਗੁਲਾਮੀਆਂ ਬਲ ਜਾਂਦੇ, ਚੰਗੇ ਰਾਜੇ ਦੇ ਹੱਥ ਕਮਾਨ ਹੈ ਨੀ, ਉਸ ਬੈਂਕ ਤੋਂ ਕਦੇ ਨਾ ਲੋਨ ਲਈਏ, ਜਿਹੜੇ ਬੈਂਕ ਦੀ ਕਿਸ਼ਤ ਆਸਾਨ ਹੈ ਨੀ, ਆ ਰਾਜਨ ਹੇੜੀ ਉਹ ਕੀ ਖੇਡੂ ਕੁਸ਼ਤੀ ਅਤੇ ਕਬੱਡੀ, ਜਿਹਦੇ ਡੋਲਿਆਂ ਪੱਟਾਂ ਦੇ ਵਿੱਚ ਜਾਨ ਹੈ ਨੀ, ਜਿਹਦੇ ਡੋਲਿਆਂ ਪੱਟਾਂ ਦੇ ਵਿੱਚ ਜਾਨ। ਵਾਹ ਜੀ ਵਾਹ, ਬੜੀ ਖੁਸ਼ੀ ਦੀ ਗੱਲ ਹੈ। ਉਧਰ ਬਾਈ ਪੱਪਲ ਜੀ ਬਾਸਮਾਂ ਵਾਲੇ ਲੈਬ ਜੁੜੇ ਨੇ, ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸ੍ਰੀ ਪਜੋਖਰਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਦਾਸ ਨਾਜਰ ਸਿੰਘ ਪਹਿਲਵਾਨ ਢਟੋਗਲ ਖੇੜੀ, ਕਲਵੀਰ ਕਾਈਨੌਰ, ਇਹਨਾਂ ਦੋਨਾਂ ਕਮੈਟੇਟਰਾਂ ਨੂੰ ਸੋਨੇ ਦੀਆਂ ਮੁੰਦਰੀਆਂ ਦੇ ਨਾਲ ਸਨਮਾਨ ਕਰਨਾ। ਇੱਕ ਵਾਰ ਜ਼ੋਰਦਾਰ ਤਾੜੀ ਮਾਰੇ ਇਸ ਵੀਰ ਦੇ ਨਾਂ ਤੇ ਬਣਾ ਕੇ। ਤੇ ਸਾਡੀ ਦੰਗਲ ਕਮੇਟੀ ਵੱਲੋਂ ਵੀ 2019 ਦੇ ਵਿੱਚ ਕਲਵੀਰ ਕਾਈਨੌਰ ਤੇ ਦਾਸ ਦਾ ਮੁੰਦਰੀਆਂ ਦੇ ਨਾਲ ਸਨਮਾਨ ਕਰਨਾ ਜੀ। ਇੱਕੋ ਦੰਗਲ ਦੇ ਵਿੱਚ ਦੋ ਦੋ ਸੋਨੇ ਦੀਆਂ ਮੁੰਦਰੀਆਂ ਨਾਲ ਸਾਡਾ ਸਨਮਾਨ ਕੀਤਾ ਜਾਣਾ। ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਾਈ ਪੱਪਲ ਬਾਸਮਾਂ ਵਾਲੇ, ਉਹਨਾਂ ਵੱਲੋਂ ਕਲਵੀਰ ਕਾਈਨੌਰ ਨਾਜ਼ਰ ਢਟੋਗਲ ਖੇੜੀ ਦਾ ਸੋਨੇ ਦੀ ਮੁੰਦਰੀ ਨਾਲ ਸਨਮਾਨ ਕੀਤਾ ਜਾਣਾ। ਅਸੀਂ ਇਹਨਾਂ ਦਾਨੀ ਪੁਰਸ਼ਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਵਾਹ ਜੀ ਵਾਹ,
भाई मैदान दे विच चलदी होई कुश्ती बड़ी प्यारी है, दोनों गबरू आमने सामने है कि पता लगना किन्ना क डूंगा पानी, कुंडियां दे सिंग फस गए कोई नितरू बड़े में खानी, के पता लगदा बिच मैदान अंदर घर अंदर ते चूहा भी शेर होंदा, नस्लां नस्लां दे विच बड़ा फर्क होंदा, अंब अंब होंदा ते बेर बेर होंदा, के गिद्दड़ भावे जंगल च फिरे खुला शेर पिंजरे दे विच भी शेर होंदा, शेर पिंजरे दे विच भी शेर होंदा। भाई एक बार जोरदार ताड़ी दोनों पहलवाना दे लई ला दिओ, बब्बर शेर बली जोधे मावां दे जाए शेर पुत, मैदान दे विच कुश्ती थोड़े सामने लड़दे हुए कि एक दूजे तो चढ़ के गबरू कारण फैसला अड़ के गबरू, एक दूजे तो चढ़ के गबरू कारण फैसला अड़ के गबरू, हाथ सिर ते बाबे दिया मेरा दा मित्रा इलाका शेरां दा, मित्रा इलाका शेरां दा। बबर शेरां दी पेड़ मैदान दे विच हुंदी होई बई 4400 रुपया इनाम उत्तों लग्या, 1000 जगतार सिंह जी लंबड़दार, 1100 प्रेम सिंह जी लंबड़दार, 1000 जेवी सिखो, 1000 पम्मा हरियो, 200 रुपया होर गुप्त दान है बई, 4400 रुपया लग्या। देखांगे भी किड़ा जितदा किड़ा हारदा, समा मैदान दे विच बीतदा होया बात समय दी होएगी, देखांगे भी किड़ा जितू किड़ा हरू। वाह जी वाह, बहुत बढ़िया, मैदान दे विच बड़ी प्यारी चलदी होई, जिन्ने भी साडे दर्शक पजे सारे दा तहे दिलों धन्नवाद है। दीपा बाबा जी गद्दी नशीन डेरा बाबा हलाई उन्हां दा भी बहुत बहुत धन्नवाद है, जिन्हां ने इस नमाणे जी नूं इन्ना माण बख्शिया है। बई मैं बद्दी दा रहण वाला हिमाचल दा है, तो बहुत बहुत धन्नवाद है बाबा जी होरां नाल, बड़ा प्यार है तुहाडे लागे जिन्नियां भी। हैलो हैलो कालू डेरी कटाला पिंड उन्हां वल्लों 500 बई 44549 हो गया साबू तू ही भले ਬਈ 4900 ਰੁਪਏ ਹੋ ਗਿਆ ਕਾਲੂ ਡੇਰੀ ਕਟਾਲਾ ਬੈਂਡ ਉਹਨਾਂ ਵੱਲੋਂ ਵੀ 500 ਹੈ 4400 ਪਹਿਲਾਂ ਲੱਗਿਆ ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਆਮਣ ਸਾਹਮਣੇ ਕਿ ਕੰਮ ਕਰਦਿਆਂ ਦੇ ਸਾਕ ਬੰਦਿਆਂ ਦੇ ਖੂਹਾਂ ਵਗਦਿਆਂ ਦਾ ਪਾਣੀ ਸਾਫ ਹੁੰਦਾ ਕਾਲੂ ਡੇਰੀ ਅੱਛਾ ਜੀ ਆ ਪਤਾ ਨਹੀਂ ਕਾਲੂ ਡੇਰੀ ਉਹਨਾਂ ਵੱਲੋਂ ਬਈ 500 ਜੇ ਤੂੰ ਮੈਂ ਕਿਹਾ ਕਾਲੂ ਹੈ ਬਹੁਤ ਬਹੁਤ ਧੰਨਵਾਦ ਹੈ ਕਾਲੂ ਡੇਰੀ ਬਈ 500 ਹਾਂਜੀ 49 ਤੇ 500 ਹੋ ਰਹੇ ਬਈ ਵੀਰ ਜੀ ਕਾਲੋਂ ਡੈਰੀ ਵਾਲੇ ਜਿਨ੍ਹਾਂ ਦੇ ਆਪਾਂ ਹੁਣ ਗੱਲ ਕੀਤੀ ਵੀਰ ਜੀ ਕਾਲੋਂ ਡੈਰੀ ਵਾਲੇ ਕਾਕਾ ਲੰਬੜਦਾਰ ਜੀ ਨੇ ਸਮਰਾਲਾ ਦੰਗਲ ਕਮੇਟੀ ਉਹਨਾਂ ਵੱਲੋਂ ਵੀ 500 ਉਹਨਾਂ ਵੱਲੋਂ 500 ਰੁਪਏ ਦਾ ਮਾਣਾ ਜੀ 5400 ਹੋ ਗਿਆ ਟੋਟਲ ਬਈ 5400 ਹੋ ਗਿਆ ਸਾਬੂ ਮੈਨੂੰ ਨਾ ਰੋਕ ਗਿਆ ਆ ਕੋਈ ਨਹੀਂ 1200 ਇੱਕ ਵਾਰ ਦੁਬਾਰਾ ਅਨਾਉਂਸ ਕਰ ਦਿਓ ਕਾਲੋਂ ਡੈਰੀ ਪ੍ਰਿਤਪਾਲ ਫਗਵਾੜਾ ਬਈ ਪ੍ਰਿਤਪਾਲ ਬਾਬਾ ਜੀ ਸੱਦ ਰਹੇ ਆ ਪਲੀਜ਼ ਆਦਰ ਪ੍ਰਿਤਪਾਲ ਫਗਵਾੜਾ ਆਵੇ ਜਲਦੀ ਬਈ ਪ੍ਰਿਤਪਾਲ ਫਗਵਾੜਾ ਆਜਾ ਆਜਾ ਬਾਬਾ ਜੀ ਬੁਲਾ ਰਹੇ ਅੱਛਾ ਜੀ ਤੇ ਲਓ ਜੀ ਮੋਟਰਸਾਈਕਲ ਤੋਂ ਜਿਹੜੀ ਕੁਸ਼ਤੀ ਹੋਈ ਸੀ ਮੋਟਰਸਾਈਕਲ ਜੇਤੂ ਕੁਸ਼ਤੀ ਜਿੱਤੀ ਹੈ ਵੀ ਪ੍ਰਿਤਪਾਲ ਨੇ ਚਾਬੀ ਬਾਬਾ ਜੀ ਨੇ ਦੇ ਦਿੱਤੀ ਹੈ ਇੱਕ ਵਾਰ ਜ਼ੋਰਦਾਰ ਤਾੜੀਆਂ ਲਾ ਦਿਓ ਦੋਨੋਂ ਪਹਿਲਵਾਨਾਂ ਦੇ ਲਈ ਆਹ ਹਾ ਹਾ ਮੋਟਰਸਾਈਕਲ ਤੇ ਕੁਸ਼ਤੀ ਸੀ ਇਹ ਬਈ ਚਲੋ ਜੀ ਇਧਰ ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਮੁੜਕੋ ਮੁੜਕੀ ਹੋਇਆ ਸਰੀਰ ਕਿ ਮੁੜਕੋ ਮੁੜਕੀ ਹੋ ਗਏ ਦੇਖੋ ਸਰੀਰ ਚੋਬਰਾਂ ਦੇ ਕੰਡਾ ਵੀ ਨਹੀਂ ਚੁਭਦਾ ਦੇਖੋ ਜਿਸਮ ਕਠੋਰ ਚੋਬਰਾਂ ਦੇ ਖਾਧੀਆਂ ਖੁਰਾਕਾਂ ਬਈ ਲਾਈਆਂ ਮਿਹਨਤਾਂ ਇਹਨਾਂ ਗੱਭਰੂਆਂ ਨੇ ਅੱਜ ਮੈਦਾਨ ਦੇ ਵਿੱਚ ਤੁਹਾਡੇ ਸਾਹਮਣੇ ਮੁੱਲ ਮੁੜਿਆ ਜਾ ਰਿਹਾ ਕਿ ਕੰਮ ਕਰਦਿਆਂ ਦੇ ਸਾਕ ਬੰਦਿਆਂ ਦੇ ਖੂਹਾਂ ਵਗਦਿਆਂ ਦਾ ਪਾਣੀ ਸਾਫ ਹੁੰਦਾ ਇੱਥੇ ਪੁੱਛਦਾ ਕੌਣ ਕਮਜ਼ੋਰਾਂ ਨੂੰ ਜੋਰਾਂ ਬਰਾਂ ਦੇ ਨਾਲ ਇਨਸਾਫ ਹੁੰਦਾ ਜੋਰਾਂ ਬਰਾਂ ਦੇ ਨਾਲ ਇਨਸਾਫ ਹੁੰਦਾ ਵਾਹ ਜੀ ਵਾਹ ਨਹੀਂ ਰਿਸਾ ਵਾਹ ਜੀ ਵਾਹ ਵਾਹ ਜੀ ਵਾਹ ਨਹੀਂ ਰਿਸਾ ਵਾਹ ਜੀ ਵਾਹ ਨਹੀਂ ਰਿਸਾ ਵਾਹ ਜੀ ਵਾਹ ਬਈ ਹੱਤੇ ਸ਼ਿਕਾਲਾ ਉੱਪਰਲੇ ਪਾਸੇ ਸੋਨੂ ਨਿਕਲਣ ਦੀ ਕੋਸ਼ਿਸ਼ ਕਰਦਾ ਹੋਇਆ ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਕੁਸ਼ਤੀ ਬੜੀ ਪਿਆਰੀ ਵਾਹ ਜੀ ਵਾਹ ਵਾਹ ਜੀ ਵਾਹ ਨਹੀਂ ਰਿਸਾ ਵਾਹ ਜੀ ਵਾਹ ਹੈਲੋ ਕਿ ਸ਼ੇਰਾਂ ਵਾਂਗੂ ਰਹਿੰਦੇ ਸਾਡੇ ਹੌਸਲੇ ਬੁਲਾਉਂਦਿਆ ਮਸਤੀ 'ਚ ਰਹਿਣਾ ਸਾਡੀ ਆਪਣੀ ਪਸੰਦ ਆ ਮਸਤੀ 'ਚ ਰਹਿਣਾ ਸਾਡੀ ਆਪਣੀ ਪਸੰਦ ਆ ਜਿੰਨੇ ਵੀ ਬਈ ਦਰਸ਼ਕ ਪੁੱਜੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ
ਲੱਖਾਂ ਦੇ ਦਾਤੇ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹੈ। ਲੱਖ ਦਾਤਾ ਲਾਲਾਂ ਵਾਲਾ ਪੀਰ ਤੁਹਾਡੀਆਂ ਹਾਜ਼ਰੀਆਂ ਪ੍ਰਵਾਨ ਕਰੇ ਕਿ ਮੰਜ਼ਿਲ ਕਦੇ ਵੀ ਪਾ ਨਹੀਂ ਸਕਦੇ ਬਿਨ ਉਸਤਾਦੋ ਚੇਲੇ। ਦੋ ਮਿੰਟ ਬਾਕੀ ਜੀ। ਵਾਹ ਜੀ ਵਾਹ ਬਾਈ, ਕੁਸ਼ਤੀ ਦਾ ਸਮਾਂ ਦੋ ਮਿੰਟ ਦਾ ਰਹਿ ਗਿਆ, ਜਿਹੜਾ ਖੁੱਲ੍ਹਾ ਸਮਾਂ ਦਿੱਤਾ ਸੀ। ਉਸ ਤੋਂ ਬਾਅਦ ਦੇਖਾਂਗੇ ਵੀ ਕੀ ਫੈਸਲਾ ਹੁੰਦਾ ਬਾਬਾ ਜੀ ਹੋਰਾਂ ਦਾ ਦੰਗਲ ਕਮੇਟੀ ਦਾ ਕਿ ਮੰਜ਼ਿਲ ਕਦੇ ਵੀ ਪਾ ਨਹੀਂ ਸਕਦੇ ਬਿਨ ਉਸਤਾਦੋ ਚੇਲੇ। ਛਿੰਝਾਂ ਸੋਂਦੀਆਂ ਨਾ ਬਾਜ ਮੱਲਾਂ ਤੇ ਦਰਸ਼ਕਾਂ ਬਾਜ ਨਾ ਮੇਲੇ। ਦਰਸ਼ਕੋ ਆਪਣੇ ਨਾਂ ਤੇ ਵੀ ਤਾੜੀ ਲਾ ਲਓ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਹਾਜ਼ਰੀਆਂ ਭਰੀਆਂ। ਲੱਖ ਦਾਤਾ ਲਾਲਾਂ ਵਾਲਾ ਪੀਰ ਤੁਹਾਡੀਆਂ ਹਾਜ਼ਰੀਆਂ ਪ੍ਰਵਾਨ ਕਰੇ। ਚੱਲਦੀ ਹੋਈ ਕੁਸ਼ਤੀ ਬੜੀ ਪਿਆਰੀ ਕਿ ਮੱਖਣ ਚੋਰ ਚੁਰਾਏਗਾ ਕਿਵੇਂ ਮੱਖਣ, ਜਦ ਰਹੀ ਨਾ ਕੋਈ ਮੱਖਣ ਖਲੋਣ ਜੋਗੀ। ਅੱਜ ਕੱਲ੍ਹ ਦੀ ਨਵੀਂ ਨਾਜ਼ੁਕ ਮੁਟਿਆਰ ਲੋਕੋ, ਆ ਰਹਿ ਗਈ ਸਿਰਫ ਗੋਲ ਗੱਪੇ ਖਾਣ ਜੋਗੀ। ਆ ਕੇ ਵੇਖ ਸ਼ਾਮਾ ਸਾਡੀ ਕੀ ਮੱਤ ਮਾਰੀ, ਅਸੀਂ ਡੀਪੂਆਂ ਦੇ ਦੁੱਧ ਪੇ ਉਬਾਲਦੇ ਹਾਂ। ਅੱਗ ਲੱਗ ਜੇ ਹਜੇ ਚੰਦਰੇ ਕਾਲਯੁੱਗ ਨੂੰ, ਗਊਆਂ ਛੱਡ ਕੇ ਕੁੱਤੇ ਪੇ ਪਾਲਦੇ ਹਾਂ, ਗਊਆਂ ਛੱਡ ਕੇ ਕੁੱਤੇ ਪੇ ਪਾਲਦੇ ਹਾਂ। ਹੈਲੋ, ਇਸ ਕੁਸ਼ਤੀ ਤੋਂ ਬਾਅਦ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦਾ ਮਾਣ ਬਹੁਤ ਹੀ ਸਤਿਕਾਰਯੋਗ ਪਰਵਿੰਦਰ ਪਹਿਲਵਾਨ ਜੀ ਦੂਮਛੇੜੀ, ਉਹਨਾਂ ਦਾ ਮਾਨ ਸਨਮਾਨ ਕੀਤਾ ਜਾਣਾ ਦੰਗਲ ਕਮੇਟੀ ਵੱਲੋਂ, ਬਾਬਾ ਜੀ ਹੋਰਾਂ ਵੱਲੋਂ। ਬਾਬਾ ਪੂਰਨ ਦਾਸ ਅਖਾੜਾ ਦੂਮਛੇੜੀ, ਅਰੁਸਤਮੇ ਹਿੰਦ ਹਿੰਦ ਕੇਸਰੀ। ਵਾਹ ਜੀ ਵਾਹ, ਸਮਾਂ ਬੀਤਦਾ ਹੋਇਆ ਉੱਧਰ ਸਾਡੇ ਜੀਤੀ ਜੀ ਰੈਫਰੀ ਸਾਹਿਬ, ਵੱਡੀਆਂ ਸੇਵਾਵਾਂ ਅਤੇ ਦੰਗਲ ਦੇ ਲਈ ਬਹੁਤ ਬਹੁਤ ਧੰਨਵਾਦ। ਜਿੰਨੇ ਵੀ ਸਾਡੇ ਸੀਨੀਅਰ ਕਮੈਂਟੇਟਰ ਸਾਹਿਬ ਨਾਜਰ ਜੀ, ਕੰਗ ਸਾਹਿਬ, ਕੁਲਵੀਰ ਕਾਈਨੋਰ ਜੀ ਜੋ ਕਿ ਮੇਰੇ ਆਈਡਲ ਨੇ, ਜਿਹਨਾਂ ਨੂੰ ਦੇਖ ਦੇਖ ਕੇ ਅਸੀਂ ਵੀ ਬੋਲਣਾ ਸਿੱਖਿਆ, ਬਹੁਤ ਬਹੁਤ ਧੰਨਵਾਦ ਹੈ। ਨਾਲ ਹੀ ਸਾਡਾ ਜੱਸੀ ਸਾਡਾ ਵੀ ਰਾਈਏਵਾਲ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਬਾਬਾ ਜੀ ਹੋਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਗੱਦੀ ਨਿਸ਼ੀਨ ਦੀਪਾ ਬਾਬਾ ਜੀ, ਡੇਰਾ ਬਾਬਾ ਫਲਾਈ, ਜਿਹਨਾਂ ਵੱਲੋਂ ਇਸ ਦਾਸ ਦੇ ਲਈ, ਇਸ ਨਿਮਾਣੇ ਦੇ ਲਈ ਵੱਡਾ ਮਾਣ ਹਾਸਲ ਹੋਇਆ, ਬਹੁਤ ਬਹੁਤ ਧੰਨਵਾਦ ਹੈ। ਨਾਲ ਹੀ ਸਾਡਾ ਵੀਰ ਸਾਬੂ ਬਾਬਾ ਫਲਾਈ ਪਹਿਲਵਾਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਵੱਡਾ ਪਿਆਰ ਇਹਨਾਂ ਵੀਰਾਂ ਦੇ ਨਾਲ, ਸਾਡੇ ਬਾਬਾ ਜੀ ਹੋਰਾਂ ਦਾ ਵੱਡਾ ਆਸ਼ੀਰਵਾਦ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਲਓ ਜੀ, ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਬੜੀ ਪਿਆਰੀ। ਇਸ ਕੁਸ਼ਤੀ ਤੋਂ ਬਾਅਦ ਅਗਲੀਆਂ ਸੇਵਾਵਾਂ ਸਾਡੇ ਕੁਲਵੀਰ ਕਾਈਨੋਰ ਜੀ, ਸਾਡਾ ਹੈਰੀ, ਸਾਡਾ ਵੀਰ ਰਾਈਏਵਾਲ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਲਓ ਜੀ, ਸਮਾਂ ਸਮਾਪਤ, ਕੁਸ਼ਤੀ ਬਰਾਬਰ ਹੈ ਜੀ ਬਈ, ਤਾੜੀਆਂ ਲਾ ਦਿਓ ਇੱਕ ਵਾਰ।